ਪੰਜਾਬ ਸਰਕਾਰ ਭਾਵੇਂ ਪਿਛਲੇ ਕੁਝ ਸਮੇਂ ਤੋਂ ਦਾਅਵਾ ਕਰ ਰਹੀ ਸੀ ਕਿ ਪੰਜਾਬ ਦੇ ਵਿੱਚ ਵਾਧੂ ਅਤੇ ਸਸਤੀ ਬਿਜਲੀ ਮਿਲੇਗੀ, ਪਰ ਇਸ ਵੇਲੇ ਹਾਲ ਇਹ ਬਣ ਗਏ ਨੇ ਕਿ ਪੰਜਾਬ ਵਿੱਚ ਬਿਜਲੀ ਦੇ ਅਣਮਿੱਥੇ ਵੱਡੇ ਵੱਡੇ ਕੱਟ ਲਾਏ ਜਾ ਰਹੇ ਨੇ। ਕੋਲੇ ਦੀ ਘਾਟ ਕਰਕੇ ਬਿਜਲੀ ਨਿਗਮ ਨੂੰ ਗਰਮੀਆਂ ਦੇ ਮੌਸਮ ਵਿੱਚ ਵੀ ਆਪਣੇ ਤਾਪ ਬਿਜਲੀ ਘਰਾਂ ਦੇ 6 ਯੂਨਿਟ ਬੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ। ਬਿਜਲੀ ਨਿਗਮ ਦੇ ਅਧਿਕਾਰੀ ਭਾਵੇਂ ਇਹ ਵੀ ਦਾਅਵੇ ਕਰ ਰਹੇ ਨੇ ਕਿ ਕੋਈ ਬਿਜਲੀ ਕੱਟ ਨਹੀਂ ਹੈ, ਪਰ ਫਿਰ ਵੀ ਥੋੜ੍ਹੇ ਥੋੜ੍ਹੇ ਸਮੇਂ ਲਈ ਅਣਐਲਾਨੇ ਬਿਜਲੀ ਕੱਟ ਲਗਾਤਾਰ ਜਾਰੀ ਨੇ। 31 ਮਈ ਨੂੰ ਲਹਿਰਾ ਮੁਹੱਬਤ ਦੇ 2 ਹੋਰ ਯੂਨਿਟ ਬੰਦ ਹੋ ਗਏ, ਜਿਨ੍ਹਾਂ ਵਿੱਚੋਂ ਨੰਬਰ 1 ਸਵੇਰੇ 5 ਵਜੇ ਅਤੇ 4 ਨੰਬਰ ਰਾਤ ਨੂੰ 10 ਵਜੇ ਕੋਲੇ ਦੀ ਘਾਟ ਕਾਰਨ ਬੰਦ ਕੀਤੇ ਗਏ। ਲਹਿਰਾ ਤਾਪ ਬਿਜਲੀ ਘਰ ਵਿੱਚ ਯੂਨਿਟ ਨੰਬਰ 3 ਹੀ ਚੱਲ ਰਿਹਾ ਅਤੇ ਬਠਿੰਡਾ ਦਾ ਯੂਨਿਟ ਨੰਬਰ 1 ਚੱਲ ਰਿਹਾ। ਸੂਤਰਾਂ ਦਾ ਕਹਿਣਾ ਹੈ ਕਿ ਲਹਿਰਾ ਤਾਪ ਬਿਜਲੀ ਘਰ ਵਿੱਚ 11 ਦਿਨ ਲਈ, ਬਠਿੰਡਾ 13 ਅਤੇ ਰੋਪੜ ਵਿੱਚ 28 ਦਿਨਾਂ ਦੇ ਲਈ ਕੋਲਾ ਪਿਆ। ਦੱਸਣਯੋਗੇ ਕਿ ਪੈਨਮ ਕੰਪਨੀ, ਜਿਹੜੀ ਪੰਜਾਬ ਰਾਜ ਬਿਜਲੀ ਨਿਗਮ ਦੇ ਤਾਪ ਬਿਜਲੀ ਘਰਾਂ ਨੂੰ ਕੋਲਾ ਸਪਲਾਈ ਕਰਦੀਆਂ ਨੇ, ਮੁਆਵਜ਼ੇ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ 10 ਅਪ੍ਰੈਲ ਤੋਂ ਕੋਲੇ ਦੀ ਸਪਲਾਈ ਘਟਾ ਦਿੱਤੀ ਹੈ। ਬਿਜਲੀ ਸੰਕਟ ਟਾਲਣ ਲਈ ਬਿਜਲੀ ਨਿਗਮ ਨੇ ਅੱਜ ਤੋਂ 9 ਜੂਨ ਤੱਕ 485 ਮੈਗਾਵਾਟ ਬਿਜਲੀ ਖਰੀਦਣ ਦੇ ਬੰਦੋਬਸਤ ਕੀਤੇ ਨੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।